ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਰਮੂਕ ਕਰ ਕਿੱਥੋਂ ਆਏ ਹੋ ਤੁਸੀਂ ਅਸੀਂ ਹੱਲੇ ਤਾਂ ਆਏ ਅੱਛਾ ਤੇ ਤੁਹਾਨੂੰ ਕੀ ਪ੍ਰੋਬਲਮ ਸੀਗੀ ਮੈਮ ਮੇਰੇ ਵੀ ਪ੍ਰੈਗਨੈਂਸੀ ਤੋਂ ਬਾਅਦ ਕਾਫੀ ਦਿੱਕਤ ਹੋਣ ਲੱਗ ਗਈ ਸੀ ਬਾਹਰ ਨਾਲ ਪੇਨ ਹੋ ਰਹੀ ਸੀ ਹਾਂ ਉਹਦੇ ਕਰਕੇ ਬਵਾਸੀਰ ਦੀ ਸ਼ਾਇਦ ਸੀਗੀ ਨਹੀਂ ਮਤਲਬ ਪ੍ਰੋਬਲਮ ਕੀ ਰਹਿੰਦੀ ਸੀਗੀ ਪਾਈਪਸ ਦੀ ਪ੍ਰੋਬਲਮ ਸੀਗੀ ਤੁਹਾਨੂੰ ਹਾਂਜੀ ਹਾਂ ਅੱਛਾ ਕੀ ਦਿੱਕਤ ਆਉਂਦੀ ਉਹਦੇ ਉਹਦੇ ਵਿੱਚ ਮੈਮ ਪੇਨ ਬਹੁਤ ਹੋ ਰਿਹਾ ਸੀ ਅੱਛਾ ਤੇ ਫਿਰ ਕੋਈ ਟ੍ਰੀਟਮੈਂਟ ਲਿਆ ਸੀ ਤੁਸੀਂ ਉਹਦੇ ਲਈ ਬਸ ਦੇਸੀ ਦਵਾਈਆਂ ਜਾਂ ਇੱਕ ਵਾਰੀ ਮਿਰਚ ਦਵਾਈ ਲਿੱਤੀ ਹੈ ਕੋਈ ਅਸਰ ਪਰ ਫਿਰ ਨਹੀਂ ਹੋ ਜਾਂਦਾ ਸੀ ਅੱਛਾ ਤੇ ਤੁਹਾਨੂੰ ਫਿਰ ਸਾਡੇ ਹਸਪੀਟਲ ਬਾਰੇ ਕਿਵੇਂ ਪਤਾ ਲੱਗਿਆ ਸੀ ਇਹ ਮੇਰੇ ਭੂਆ ਜੀ ਨੇ ਪ੍ਰਸ਼ਨ ਕਰਾਇਆ ਸੀ ਜੀ ਪਹਿਲਾਂ ਹੋ ਗਈ 2 ਸਾਲ ਦੀ ਅੱਛਾ ਜੀ ਤੇ ਉਹਨਾਂ ਨੇ ਤੁਹਾਨੂੰ ਗਾਈਡ ਕੀਤਾ ਕਿ ਤੁਸੀਂ ਰਾਣਾ ਹਸਪੀਟਲ 'ਚ ਜਾਓ ਹਾਂਜੀ ਹਾਂ ਅੱਛਾ ਤੇ ਹੁਣ ਤੁਸੀਂ ਇੱਥੇ ਆਏ ਹੋ ਤੁਹਾਡੀ ਸਰਜਰੀ ਹੋ ਗਈ ਹੈ ਪਾਈਪਸ ਦੀ ਤਾਂ ਹੁਣ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਠੀਕ ਹੋ ਹਾਂਜੀ ਹਾਂ ਮੈਮ ਕੋਈ ਪ੍ਰੋਬਲਮ ਤਾਂ ਨਹੀਂ ਆਪਕੋ ਨਹੀਂ ਮੈਮ ਠੀਕ ਹੈ ਤੇ ਜਿਵੇਂ ਹੁਣ ਜਿਹੜੇ ਪਾਈਪਸ ਦੇ ਪੇਸ਼ੈਂਟ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਸਰਜਰੀ ਕਰਵਾਉਣੀ ਚਾਹੀਦੀ ਹੈ ਜਾਂ ਵੇਟ ਕਰਨੀ ਚਾਹੀਦੀ ਹੈ ਨਹੀਂ ਮੇਰੇ ਖਿਆਲ ਸੇ ਵੀ ਕਰਵਾਉਣੀ ਚਾਹੀਦੀ ਹੈ ਕਿਉਂਕਿ ਕਾਫੀ ਟਾਈਮ ਜਦੋਂ ਦੇਖਿਆ ਨੇ ਪ੍ਰੋਬਲਮ ਵਧੀ ਜਾਂਦੀ ਹੈ ਹਾਂਜੀ ਇਸ ਤੋਂ ਇਹ ਜੀ ਪਹਿਲੀ ਸਰਜਰੀ ਹੋ ਜਵੇ ਤਾਂ ਵਧੀਆ ਰਹਿੰਦਾ ਹੈ ਠੀਕ ਹੈ ਥੈਂਕ ਯੂ